ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵੀਡੀਓ ਪਾਉਣੀ ਆ ਜਿਨ੍ਹਾਂ ਦੇ ਪੇਟ ਵਿੱਚ ਕੀੜੇ ਆ, ਕਿਰਮ ਪੈ ਜਾਂਦੇ ਆ, ਬੱਚਿਆਂ ਦੇ, ਸਿਆਣਿਆਂ ਦੇ, ਜਿਨ੍ਹਾਂ ਦੇ ਪੇਟ ਵਿੱਚ ਕਿਰਮ ਪੈਂਦੇ ਆ, ਉਹਦੇ ਵਾਸਤੇ ਲੈਣਾ ਕੀ ਆ ਵੀਰਿਓ? ਇਹ ਨਮੋਲੀਆਂ ਦੀਆਂ, ਇਹਨੂੰ ਛੋਟੀ ਕੰਡਿਆਰੀ ਵੀ ਕਹਿੰਦੇ ਆ, ਬਾਹਰ ਤੁੰਮੇ ਦੀ ਨਸਲ 'ਚ ਹੁੰਦੇ, ਛੋਟੇ ਛੋਟੇ ਇਹਨੂੰ ਫਲ ਲੱਗਦੇ ਆ, ਪੀਲੇ, ਪਹਿਲਾਂ ਹਰੇ ਰੰਗ ਦੇ ਹੁੰਦੇ ਆ, ਗਰੀਨ ਰੰਗ ਦੇ, ਫਿਰ ਇਹ ਪੀਲੇ ਰੰਗ ਦੇ ਹੋ ਜਾਂਦੇ ਆ, ਪੱਕੇ ਹੋਏ ਫਲ ਲੈ ਕੇ ਛਾਵੇਂ ਸੁਕਾ ਲੈਣੇ ਆ, ਅਤੇ ਬਾਅਦ ਵਿੱਚ ਇਸ ਤਰ੍ਹਾਂ ਇਹਦਾ ਪਾਊਡਰ ਬਣਾ ਲੈਣਾ ਬਰੀਕ, ਅਤੇ ਇਹ ਜਿਹੜਾ ਵਾ ਸਿਆਣੇ ਬੰਦੇ ਨੂੰ 1 ਗ੍ਰਾਮ ਤੱਕ ਆਪਾਂ ਜਿਹੜਾ ਵਾ ਇਹਦਾ ਸੇਵਨ ਕਰਾ ਸਕਦੇ ਹਾਂ ਪਾਣੀ ਦੇ ਨਾਲ, ਪੇਟ ਦੇ ਕਿਰਮ ਜਿਹੜੇ ਆ ਉਹ ਖਤਮ ਹੋ ਜਾਣਗੇ। ਅਤੇ ਜਿਨ੍ਹਾਂ ਦੀ ਦਾੜ ਵਿੱਚ ਕੀੜਾ ਲੱਗਾ ਹੋਵੇ, ਦਾੜ ਵਿੱਚ ਦਰਦ ਹੁੰਦੀ ਹੋਵੇ, ਉਹ ਇਸੇ ਚੂਰਨ ਨੂੰ ਥੋੜ੍ਹਾ ਜਿਹਾ ਲੈ ਕੇ ਇਹਦੇ ਵਿੱਚ ਸੁੰਡ ਮਿਲਾ ਕੇ ਅਤੇ ਲੌਂਗ ਪੀਸ ਕੇ ਅਤੇ ਇਹਨੂੰ ਦਾੜ ਦੇ ਵਿੱਚ ਭਰ ਦੇਣਗੇ, ਅਤੇ ਉਹਨਾਂ ਦੀ ਦਾੜ ਦਾ ਕੀੜਾ ਜਿਹੜਾ ਵਾ ਖਤਮ ਹੋ ਜੂਗਾ। ਇਹਦਾ ਮੰਜਨ ਵੀ ਕੀਤਾ ਜਾ ਸਕਦਾ ਵਾ, ਥੋੜ੍ਹਾ ਜਿਹਾ ਨਮਕ ਮਿਲਾ ਕੇ ਅਤੇ ਦੰਦਾਂ ਨੂੰ ਮੰਜਨ ਕਰੋਗੇ ਅਤੇ ਤੱਤਾ ਠੰਡਾ ਲੱਗਣਾ ਵੀ ਬਿਲਕੁਲ ਠੀਕ ਹੋ ਜੂਗਾ। ਜਿਨ੍ਹਾਂ ਦੇ ਪੇਟ ਵਿੱਚ ਦਰਦ ਹੁੰਦੀ ਹੋਵੇ ਜਾਂ ਪੇਟ ਜਿਹੜੀ ਆ ਕਬਜ਼ ਰਹਿੰਦੀ ਹੋਵੇ, ਉਹਦੇ ਵਾਸਤੇ ਵੀ ਇਹਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਅਜਵਾਇਣ ਮਿਲਾ ਕੇ ਅਤੇ ਸੇਂਦਾ ਨਮਕ ਮਿਲਾ ਕੇ ਖਾ ਸਕਦੇ ਹੋ, ਅਤੇ ਉਹਨਾਂ ਦਾ ਪੇਟ ਜਿਹੜਾ ਵਾ ਬਿਲਕੁਲ ਠੀਕ ਹੋ ਜੂਗਾ, ਪੇਟ ਦੀ ਦਰਦ ਠੀਕ ਹੋ ਜੂਗੀ ਅਤੇ ਕਬਜ਼ ਜਿਹੜੀ ਆ ਉਹ ਠੀਕ ਹੋ ਜੂਗੀ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।